ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਰਕਾਰ ਆਰਐਸਐਸ ਵੱਲੋਂ ਸਿੱਖ ਸਿਧਾਂਤਾਂ ਵਿੱਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ ਖਿਲਾਫ ਚੁੱਪੀ ਤੋੜੀ ਹੈ। ਅੰਮ੍ਰਿਤਸਰ ਵਿੱਚ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਲੌਂਗੋਵਾਲ ਨੇ ਆਰਐਸਐਸ ਨੂੰ ਸਿੱਖ ਧਰਮ ਖਿਲਾਫ ਸਾਜ਼ਿਸ਼ਾਂ ਘੜਨ ਤੋਂ ਬਚਿਆ। ਹਾਲਾਂਕਿ ਇਸ ਮੌਕੇ ਵੀ ਉਨ੍ਹਾਂ ਦੀ ਚੇਤਾਵਨੀ ਵਿੱਚ ਬਹੁਤੀ ਸਖ਼ਤੀ ਨਜ਼ਰ ਨਹੀਂ ਆਈ, ਪਰ ਉਨ੍ਹਾਂ ਸਿੱਖ ਸੰਗਤ ਨੂੰ ਅਜਿਹੇ ਮਾਰੂ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਦਰਬਾਰ ਸਾਹਿਬ ਦੀ ਤਰਜ਼ ਤੇ ਬਾਕੀ ਗੁਰਧਾਮਾਂ ਦੇ ਲੰਗਰ ਤੇ GST ਹਟਾਉਣ ਦੀ ਮੰਗ ਵੀ ਕੀਤੀ। ਸਿੱਖ ਇਤਿਹਾਸ ਨੂੰ ਢਾਹ ਲਾਈ ਜਾ ਰਹੀ ਹੈ। ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਐਸੇ ਘਿਨਾਉਣੇ ਹਰਕਤਾਂ ਕਰਦੀਆਂ ਨੇ, ਸਾਡੇ ਇਤਿਹਾਸ ਨੂੰ, ਗੁਰਮਤ ਨੂੰ ਵਿਰੁੱਧ ਜਿਹੜੀ ਐਸੇ ਕੰਮ ਕਰਦੀਆਂ ਨੇ। ਸਾਨੂੰ ਸਾਰਿਆਂ ਨੂੰ ਮਿਲ ਕੇ ਏਕਤਾ ਨਾਲ ਐਸੀਆਂ ਸ਼ਕਤੀਆਂ ਦਾ ਜਿਹੜਾ ਹੈ ਵਿਰੋਧ ਵੀ ਕਰਨਾ ਚਾਹੀਦਾ ਹੈ, ਉਹਨਾਂ ਦਾ ਟਾਕਰਾ ਵੀ ਚਰਨ ਕਰਨਾ ਚਾਹੀਦਾ ਹੈ। ਜਿਹੜਾ ਵੀ ਕੋਈ ਵੀ ਐਸਾ ਕੰਮ ਘਿਨਾਉਣੀ ਹਰਕਤ ਕਰਦਾ ਉਹਨੂੰ ਮੂੰਹ ਤੋੜਵਾਂ ਜਵਾਬ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਣਾ ਚਾਹੀਦਾ। ਜਦੋਂ ਵੀ ਦੇਖੋ ਸਾਡੇ ਸਾਹਮਣੇ ਕੋਈ ਵੀ ਐਸੀ ਗੱਲ ਆਉਂਦੀ ਹੈ, ਕੋਈ ਕਿਤਾਬ ਆਉਂਦੀ ਹੈ, ਜਿੱਥੇ ਕਿਤੇ ਵੀ ਸਿੱਖ ਇਤਿਹਾਸ ਦੀ ਕੋਈ ਜਿਹਦੇ ਵਿੱਚ ਕੋਈ ਤੋੜ ਮੋੜ ਕਰਦਾ, ਉਹਨੂੰ ਸ਼੍ਰੋਮਣੀ ਕਮੇਟੀ ਪੂਰੀ ਸਖਤੀ ਨਾਲ ਉਹਨਾਂ ਨਾਲ ਪੇਸ਼ ਆਉਂਦੀ ਹੈ। ਭਾਵੇਂ ਪੰਜਾਬ ਦੀ ਗੌਰਮੈਂਟ ਨੇ ਕੰਮ ਕੀਤਾ, ਭਾਵੇਂ ਕੋਈ ਆਰਐਸਐਸ ਨੇ ਕੀਤਾ, ਭਾਵੇਂ ਕਿਸੇ ਹੋਰ ਕਿਸੇ ਵੱਲੋਂ ਕੀਤਾ, ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਾਂਗੇ। ਸ਼੍ਰੋਮਣੀ ਕਮੇਟੀ ਪੂਰੀ ਸਖਤੀ ਨਾਲ ਉਹਨਾਂ ਨੂੰ ਪੇਸ਼ ਆਊਗੀ। ਬਿਲਕੁਲ ਸਰ, ਕਾਨੂੰਨੀ ਕਾਰਵਾਈ ਵੀ ਕਰਾਂਗੇ, ਇੱਕ ਸਿੱਖਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਸਾਰੇ ਤਕੜੇ ਹੋ ਕੇ ਇਹਨਾਂ ਦਾ ਜਿਹੜਾ ਵਿਰੋਧ ਕਰਨ। ਬਿਲਕੁਲ ਸਾਡੇ ਉਪਰਾਲੇ ਪੂਰੇ ਨੇ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ GST ਵਾਸਤੇ ਪੰਜਾਬ ਗੌਰਮੈਂਟ ਨੂੰ ਕਹਾਂਗੇ, ਜਿੱਥੇ ਉਹਨਾਂ ਦਰਬਾਰ ਸਾਹਿਬ ਦੇ ਵਾਸਤੇ ਸੋਟ ਦਿੱਤੀ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਬਾਕੀ ਗੁਰਦੁਆਰਿਆਂ ਨੂੰ ਵੀ ਦੇਣ। ਉਹ ਪੰਜਾਬ ਦੇ ਭਾਵੇਂ ਉਹ ਪ੍ਰਾਈਵੇਟ ਹੈ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦਾ, ਉੱਥੇ ਵੀ ਛੋਟ ਹੋਣੀ ਚਾਹੀਦੀ ਹੈ, ਕਿਉਂਕਿ ਲੰਗਰ ਸਭ ਦਾ ਸਾਂਝਾ ਹੈ।